ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ। ਮੈਂ ਪ੍ਰਗਟ ਸਿੰਘ, ਫਸਲਾਂ ਦੀ ਜਾਣਕਾਰੀ ਤੋਂ ਵੀਡੀਓ ਛੋਟੀ ਬਣਾਵਾਂਗੇ, ਕੋਈ ਵੱਡੀ ਨਹੀਂ ਬਣਾਉਂਦੇ। ਪਰ ਜਿਨ੍ਹਾਂ ਵੀਰਾਂ ਦੇ ਖੇਤਾਂ ਦੇ ਵਿੱਚ ਨਰਮੇ ਦੀ ਫਸਲ ਲੱਗੀ ਹੋਈ ਸੀ ਅਤੇ ਨਰਮੇ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਗੁਲਾਬੀ ਸੁੰਡੀ ਕਰਕੇ, ਅਤੇ ਆਪਾਂ ਮੁਆਵਜ਼ਾ ਲੈਣਾ ਚਾਹੁੰਦੇ ਹਾਂ। ਪਿੰਡ ਪੱਧਰੀ ਤੌਰ 'ਤੇ ਆਪਾਂ ਪਿੰਡ ਦੇ ਕਿਸਾਨਾਂ ਦੇ ਪੱਖੋਂ ਇੱਕ ਮੰਗ ਪੱਤਰ ਰੱਖਣਾ ਹੈਗਾ ਮੁੱਖ ਮੰਤਰੀ ਪੰਜਾਬ ਨੂੰ, ਅਤੇ ਕਿਸ ਤਰ੍ਹਾਂ ਪੂਰੀ ਪ੍ਰੋਸੈਸ ਕਰਨੀ ਹੈ ਕਿ ਤੁਸੀਂ ਪਿੰਡ ਦੇ 50 ਬੰਦਿਆਂ ਦੀਆਂ ਗਵਾਹੀਆਂ ਪਾ ਕੇ ਆਪਦੇ ਪਿੰਡ ਵੰਨੀਓਂ ਉਹਦਾ ਮੁਆਇਨਾ ਕਰਵਾ ਸਕਦੇ ਹੋ, ਮੁਆਇਨੇ ਦੀ ਮੰਗ ਕਰ ਸਕਦੇ ਹੋ, ਮੁਆਵਜ਼ੇ ਦੀ ਮੰਗ ਕਰ ਸਕਦੇ ਹੋ। ਅਸੀਂ ਵੀ ਆਪਣੇ ਇੱਕ ਪਿੰਡ ਵੱਲੋਂ, ਮੇਰਾ ਪਿੰਡ ਬਠਿੰਡੇ ਬਲਾਕ 'ਚ ਪੈਂਦਾ ਗੈਰੀ ਭਾਗੀ, ਅਤੇ ਉਸ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਿਸਾਨਾਂ ਨੂੰ ਬੁਲਵਾਇਆ ਇੱਕ ਸਾਂਝੀ ਜਗ੍ਹਾ ਦੇ ਵਿੱਚ, ਜਿੱਥੇ ਕਿ ਉਹਨਾਂ ਦੀ ਜ਼ਮੀਨ ਦਾ ਦੱਸਿਆ ਗਿਆ ਵੀ ਕਿਹਦੇ ਕੋਲ ਕਿੰਨਾ ਨਰਮਾ ਨੁਕਸਾਨ ਹੋ ਗਿਆ, ਸਾਰੇ ਦਾ ਸਾਰਾ ਚੁਗਣਯੋਗ ਨਹੀਂ ਹੈਗਾ, ਅਤੇ ਉਹਦਾ ਮੁਆਇਨਾ ਕਰਵਾਇਆ ਜਾਣਾ ਚਾਹੀਦਾ। ਉਹਨਾਂ ਦੇ ਮੋਬਾਈਲ ਨੰਬਰ ਦਿੱਤੇ ਆ, ਇੱਕ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਪੰਜਾਬ ਨੂੰ। ਇਸ ਚਿੱਠੀ ਦੀ ਫੋਟੋ ਵੀ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਅਤੇ ਵੀਡੀਓ ਦੀ ਸਕਰੀਨ 'ਤੇ ਤੁਹਾਨੂੰ ਦਿਖਾਈ ਦਿੰਦੀ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਆਪਾਂ ਚਿੱਠੀ ਲਿਖਣੀ ਆ। ਇਸ ਚਿੱਠੀ ਜ਼ਰੀਏ ਆਪਾਂ ਮੰਗ ਕਰਨੀ ਹੈਗੀ ਕਿ ਆਪਣੇ ਖੇਤ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦੇ ਲਈ ਕੌਣ ਜ਼ਿੰਮੇਵਾਰ ਹੈ, ਉਸ ਦੇ ਲਈ ਆਪਾਂ ਨੂੰ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ, ਮਜ਼ਦੂਰਾਂ ਨੂੰ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ। ਇਹ ਦੋਨੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਇਹ ਚਿੱਠੀ ਲਿਖਣੀ ਆ, ਅਤੇ ਇਹ ਭੇਜਣੀ ਕਿਹਨੂੰ ਆ, ਕਿਸ ਤਰੀਕੇ ਦੇ ਨਾਲ ਭੇਜਣੀ ਆ, ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਅਤੇ ਵੀਡੀਓ ਦੀ ਸਕਰੀਨ 'ਤੇ ਦਿੱਤੀਆਂ ਹੋਈਆਂ ਈਮੇਲਾਂ ਨੋਟ ਕਰ ਸਕਦੇ ਹੋ। ਇਹ ਜਿਹੜੀ ਚਿੱਠੀ ਭੇਜਣੀ ਹੈ ਤੁਸੀਂ, ਇਹ ਮੁੱਖ ਮੰਤਰੀ ਨੂੰ ਭੇਜਣੀ ਆ, CMO ਆਫਿਸ ਪੰਜਾਬ ਨੂੰ ਭੇਜਣੀ ਆ, OSD ਨੂੰ ਭੇਜਣੀ ਆ, ਉਹਨਾਂ ਦੀਆਂ ਈਮੇਲਾਂ ਜਿੰਨੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਆਪਾਂ ਭੇਜ ਸਕਦੇ ਹਾਂ। ਵੈਸੇ ਆਪਣਾ ਕੰਮ ਧਰਨੇ ਮੁਜ਼ਾਹਰਾ ਕਰਨਾ ਨਹੀਂ ਹੁੰਦਾ, ਆਪਾਂ ਨੂੰ ਮਜਬੂਰਨ ਇਹ ਕੰਮ ਕਰਨੇ ਪੈਂਦੇ ਆ, ਆਪਣੇ ਚੁਣੇ ਹੋਏ ਨੁਮਾਇੰਦਿਆਂ ਦਾ ਆਪਣੇ ਹੱਕ ਦਿਵਾਉਣਾ ਹੁੰਦਾ। ਜੇ ਆਪਣੇ 'ਤੇ ਕੋਈ ਆਫਤ ਆਉਂਦੀ ਆ, ਆਪਣਾ ਨੂੰ ਕੋਈ ਦੁੱਖ ਹੁੰਦਾ, ਤਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੇ ਦੁੱਖ ਨੂੰ ਉੱਪਰ ਤੱਕ ਦੱਸਿਆ ਜਾਵੇ। ਆਪਾਂ ਕਈ ਵਾਰੀ DC ਦਫ਼ਤਰ ਮੂਹਰੇ ਬੈਠੇ ਹੁੰਦੇ ਹਾਂ, ਕਈ ਵਾਰੀ ਸੜਕ 'ਤੇ ਬੈਠੇ ਹੁੰਦੇ ਹਾਂ, ਉਹ ਅਸਲ ਦੇ ਵਿੱਚ ਆਪਣਾ ਵੀ ਸਮਾਂ ਖਰਾਬ ਹੋ ਰਿਹਾ ਹੁੰਦਾ, ਅਤੇ ਆਪਣੀ ਗੱਲ ਜਿੱਥੇ ਤੱਕ ਪਹੁੰਚਣੀ ਚਾਹੀਦੀ ਆ ਉੱਥੇ ਤੱਕ ਨਹੀਂ ਪਹੁੰਚਦੀ। ਕਈ ਵਾਰੀ ਜਿਹੜਾ ਮੇਨ ਸਟ੍ਰੀਮ ਦਾ ਮੀਡੀਆ ਹੁੰਦਾ ਉਹ ਵੀ ਆਪਾਂ ਨੂੰ ਚੰਗੀ ਤਰ੍ਹਾਂ ਕਵਰ ਨਹੀਂ ਕਰਕੇ ਜਾਂਦਾ ਹੈਗਾ, ਕਿਉਂਕਿ ਨਰਮੇ ਦੇ ਵਿੱਚ ਜਿਹੜਾ ਸੁੰਡੀ ਵਾਲਾ ਨੁਕਸਾਨ ਹੋਇਆ ਉਹ ਸਾਰੇ ਪਿੰਡਾਂ 'ਚ ਲਗਭਗ ਬਰਾਬਰ ਨਹੀਂ ਹੈਗਾ, ਕਿਤੇ ਤਾਂ ਬਹੁਤ ਜ਼ਿਆਦਾ ਨੁਕਸਾਨ ਆ, ਕਿਤੇ 50% ਨੁਕਸਾਨ ਆ, ਕਿਤੇ 10% ਨੁਕਸਾਨ ਆ, ਪਰ ਉਹਦਾ ਮੁਆਇਨਾ ਹੋਣਾ ਜ਼ਰੂਰੀ ਆ। ਉਹਦਾ ਮੁਆਵਜ਼ੇ ਦੇ ਲਈ ਤੁਹਾਡਾ ਪਿੰਡ ਕਿੰਨਾ ਕੁ ਨੁਕਸਾਨ ਹੇਠ ਹੈ ਇਹ ਤੁਸੀਂ ਦੱਸਣਾ ਹੈਗਾ ਮੁੱਖ ਮੰਤਰੀ ਪੰਜਾਬ ਤੱਕ, ਤੁਹਾਡੀ ਆਵਾਜ਼ ਪਹੁੰਚਣੀ ਚਾਹੀਦੀ ਆ। ਭਾਈ ਇੱਕ ਚਿੱਠੀ ਪੱਤਰ ਲਿਖੋ, ਸਾਂਝੀ ਜਗ੍ਹਾ ਦੇ ਵਿੱਚ ਸਾਰੇ ਪਿੰਡ ਨੂੰ ਇਨਵੀਟੇਸ਼ਨ ਦਿਓ ਕਿ ਭਾਈ ਇੱਥੇ ਪਹੁੰਚੋ ਅਤੇ ਆਪਦਾ ਆਪਦਾ ਨਾਮ ਲਿਖਾਓ, ਮੋਬਾਇਲ ਨੰਬਰ ਦਿਓ, ਕੋਈ ਬੂਠਾ ਲਾਉਂਦਾ ਬੂਠਾ ਲਾਓ, ਸਾਈਨ ਕਰਦਾ ਸਾਈਨ ਕਰੋ, ਅਤੇ ਜਿਹੜੀ ਚਿੱਠੀ ਭੇਜਣੀ ਹੈਗੀ ਹੈ ਤੁਸੀਂ ਉਹ ਤੁਸੀਂ ਨੋਟ ਕਰ ਸਕਦੇ ਹੋ, CMO ਆਫਿਸ ਪੰਜਾਬ ਨੂੰ ਭੇਜਣੀ ਆ, ਪੰਜਾਬ ਦੇ ਸਭ ਤੋਂ ਵੱਡੇ ਚੀਫ ਸੈਕਟਰੀ ਨੂੰ ਭੇਜਣੀ ਆ, ਐਗਰੀਕਲਚਰ ਡਾਇਰੈਕਟਰ ਨੂੰ ਭੇਜਣੀ ਆ, ਡਿਸਟ੍ਰਿਕਟ ਦੇ MLA ਨੂੰ ਭੇਜਣੀ ਆ, ਡਿਸਟ੍ਰਿਕਟ ਦੇ ਦਿਹਾਤੀ MLA ਨੂੰ ਭੇਜਣੀ ਆ, ਅਤੇ ਡਿਸਟ੍ਰਿਕਟ ਦੇ DC ਆਫਿਸ ਨੂੰ ਭੇਜਣੀ ਆ, ਡਿਸਟ੍ਰਿਕਟ ਦੇ ਐਗਰੀਕਲਚਰ ਚੀਫ ਆਫਿਸਰ ਨੂੰ ਭੇਜਣੀ ਆ, ਅਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਸਟੇਟ ਦੇ, ਜੇ ਤੁਸੀਂ ਪੰਜਾਬ ਦੇ ਵਿੱਚ ਹੋ ਤਾਂ ਤੁਹਾਡੀ ਸਟੇਟ ਦਾ ਜਿਹੜਾ ਮੁੱਖ ਵਿਰੋਧੀ ਧਿਰਾ ਹੈਗਾ, ਭਾਵੇਂ ਆਮ ਆਦਮੀ ਪਾਰਟੀ, ਭਾਵੇਂ ਸ਼੍ਰੋਮਣੀ ਅਕਾਲੀ ਦਲ ਆ, ਦੋਨਾਂ ਨੂੰ ਤੁਸੀਂ ਉਹਨਾਂ ਨੂੰ ਭੇਜੋ। ਜਿਹੜੀ ਮੇਨ ਚਿੱਠੀ ਭੇਜਣੀ ਆ ਤੁਸੀਂ, ਆਹ ਮੈਂ ਤੁਹਾਨੂੰ ਈਮੇਲਾਂ ਦਿੱਤੀਆਂ ਹੋਊਗਾ, ਸਾਰਿਆਂ ਦੇ ਉੱਤੇ ਤੁਸੀਂ ਆਪਣੇ ਡਾਕੂਮੈਂਟ ਨੂੰ ਸਕੈਨ ਕਰਕੇ PDF ਬਣਾਓ, ਅਤੇ ਆਪਦੇ ਪਿੰਡ ਪੱਧਰੀ ਇਹ ਕੰਮ ਕਰਨਾ ਤੁਹਾਨੂੰ ਜ਼ਰੂਰੀ ਆ। 10 ਪਿੰਡਾਂ ਦੇ ਵਿੱਚੋਂ ਜੇ 2 ਪਿੰਡਾਂ ਦੇ ਵਿੱਚੋਂ ਆਵਾਜ਼ ਉੱਠਦੀ ਆ ਤਾਂ 8 ਪਿੰਡਾਂ 'ਚ, ਮਤਲਬ ਇਹ ਨਹੀਂ ਹੈਗਾ ਵੀ ਨੁਕਸਾਨ ਨਹੀਂ ਹੈਗਾ, ਉੱਥੇ ਸੁੰਡੀ ਨੇ ਨੁਕਸਾਨ ਕੀਤਾ ਹੈਗਾ, ਪਰ ਤੁਹਾਨੂੰ ਦੱਸਣਾ ਜ਼ਿਆਦਾ ਜ਼ਰੂਰੀ ਆ ਕਿ ਤੁਹਾਡੇ ਪਿੰਡ ਦੇ ਵਿੱਚ ਨੁਕਸਾਨ ਹੋਇਆ। ਕੋਈ ਵੀ ਉੱਥੇ ਮਾਲ ਮਹਿਕਮੇ ਦਾ ਪਟਵਾਰੀ, ਜੋ ਵੀ ਸਰਕਾਰ ਉਦੋਂ ਬਾਅਦ ਐਕਸ਼ਨ ਲੈਂਦੀ ਆ, ਤੁਹਾਡੇ ਪਿੰਡ ਨੂੰ ਕੰਸਿਡਰ ਕਰਿਆ ਜਾਣਾ ਜ਼ਰੂਰੀ ਆ। ਜੋ ਵੀ ਮੁਆਵਜ਼ੇ ਦੀ ਮੰਗ ਕਰਨੀ ਹੈ ਤੁਸੀਂ 40-50 ਹਜ਼ਾਰ ਰੁਪਏ ਤੱਕ ਜੋ ਖਰਚਾ ਆਪਣਾ ਇੱਕ ਫਸਲ 'ਤੇ ਹੋਇਆ ਵਿੱਚ ਠੇਕਾ ਪਾ ਕੇ, ਤੁਸੀਂ ਉਸ ਦੀ ਮੁਆਵਜ਼ੇ ਦੀ ਮੰਗ ਕਰਨੀ ਹੈ। ਮਜ਼ਦੂਰਾਂ ਨੂੰ ਵੀ 15,000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ ਤੁਸੀਂ ਮੰਗ ਕਰ ਸਕਦੇ ਹੋ, ਮੰਗ ਤੁਹਾਡੀ ਆਪਣੀ ਆ, ਪਰ ਤੁਸੀਂ ਇਹਨੂੰ ਆਵਾਜ਼ ਨੂੰ ਮੁੱਖ ਮੰਤਰੀ ਪੰਜਾਬ ਜੀ ਨੇ ਲਿਖ ਕੇ ਦੇਣਾ ਕਿ ਮੁਆਇਨਾ ਕੀਤਾ ਜਾਣਾ ਚਾਹੀਦਾ, ਅਸੀਂ ਮੁਆਵਜ਼ਾ ਦੇਵਾਂਗੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ, ਤਾਂ ਉਹਨਾਂ ਤੱਕ ਤੁਹਾਡੀ ਆਵਾਜ਼ ਸਿੱਧੀ ਪਹੁੰਚਣੀ ਚਾਹੀਦੀ ਹੈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨਾਂ ਦੇ ਗਰੁੱਪਾਂ ਵਿੱਚ, ਸਪੈਸ਼ਲੀ ਨਰਮੇ ਵਾਲੇ ਭਰਾਵਾਂ ਦੇ ਨਾਲ ਜ਼ਰੂਰ ਸਾਂਝੀ ਕਰਿਓ। ਧੰਨਵਾਦ।